जी दोस्तों दा फैक्ट विच स्वागत है। मैं हाँ एकता अरोड़ा ते अज असी मिलाउन जा रहे हैं तुहानू अजिहे शख्सियत नाल सरदार मक्खन सिंह जी जो साढ़े सामने बैठे हुए ने। ये डेरा सच्चा सौदा नू बहुत ही नज़दीकी तो जानते ने। इन्होंने अपनी उम्र विच डेरा सच्चा सौदा नू बहुत ही नज़दीकी तो फेस किया होया। सर तुहानू डेरा सच्चा सौदा जानदिया किन्ना अरसे हो चुके हैं, किन्ना टाइम हो गया जी? 7 साल दा सीगा जदों जाना। साढ़े सारा परिवार जा रहा जी, अपने घर दे सेवा करदे ने। ਸਾਥੋਂ ਨਹੀਂ ਟਾਈਮ ਲੱਗਦਾ, ਚਲੇ ਅਸੀਂ ਕੰਮ ਕਾਰ 'ਚ ਰੁੱਝੇ ਹੋਏ ਹਾਂ ਅਤੇ ਸਾਡੇ ਬੱਚੇ ਵੀ ਜਾਂਦੇ ਆ, ਸਾਡੇ ਘਰ ਵਾਲੇ ਵੀ ਜਾਂਦੇ ਆ, ਸੇਵਾ ਕਰਦੇ ਆ। 2 ਦਿਨ ਦੀ ਲਾਜ਼ਮੀ ਸੇਵਾ ਕਰਕੇ ਆਉਂਦੇ। ਔਰਤਾਂ ਜਾਂਦੀਆਂ ਕਰਦੀਆਂ? ਔਰਤਾਂ ਵੀ ਜਾਂਦੀਆਂ ਕਰਦੀਆਂ ਸਾਡੀਆਂ। ਉਹ ਤੁਹਾਡੀਆਂ ਜੋ ਔਰਤਾਂ ਡੇਰਾ ਸੱਚਾ ਸੌਦਾ ਵਿੱਚ ਜਾ ਰਹੀਆਂ ਨੇ, ਮੀਡੀਆ ਨੇ ਜਿੱਦਾਂ ਦਿਖਾਇਆ ਸੀ ਕਿ ਔਰਤਾਂ ਉੱਥੇ, ਲੜਕੀਆਂ ਉੱਥੇ ਸੇਫ ਨਹੀਂ, ਸੁਰੱਖਿਅਤ ਨਹੀਂ, ਤੁਸੀਂ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਹੋ? ਉੱਥੇ ਕੋਈ ਇਹੋ ਜਿਹਾ ਕੰਮ ਨਹੀਂ ਜੀ। ਦੇਖੋ ਅਸੀਂ ਤਾਂ ਕੁਛ ਦੇਖਿਆ ਨਹੀਂ, ਲੋਕ ਦੇਖਦੇ ਹੁਣ ਜਾਂ ਮੀਡੀਆ ਕੋਈ ਇਹੋ ਜਿਹਾ ਗਲਤ ਕੰਮ ਦੇਖਦੀ ਹੋਵੇ, ਸਾਨੂੰ ਇਹ 'ਤੇ ਕੋਈ ਵਿਸ਼ਵਾਸ ਨਹੀਂ ਗਾ। ਸਾਡੇ ਬੱਚਿਆਂ 'ਤੇ ਸਾਨੂੰ ਪੂਰਾ ਵਿਸ਼ਵਾਸ ਹੈ, ਸਾਨੂੰ ਡੇਰੇ 'ਤੇ ਪੂਰਾ ਵਿਸ਼ਵਾਸ ਹੈ ਵੀ ਉੱਥੇ ਇਹੋ ਜਿਹਾ ਕੋਈ ਗਲਤ ਕੰਮ ਨਹੀਂ ਹੁੰਦਾ। ਗੁਰਮੀਤ ਰਾਮ ਰਹੀਮ ਸਿੰਘ ਜੀ ਕਿਸ ਤਰ੍ਹਾਂ ਦੇ ਵਿਵਹਾਰ ਦੇ ਬੰਦੇ ਸੀ, ਤੁਹਾਡਾ ਉਹਨਾਂ ਬਾਰੇ ਕੀ ਕਹਿਣਾ? ਉਹ ਬਹੁਤ ਵਧੀਆ ਬੱਚਿਆਂ ਨੂੰ ਸੇਧ ਦਿੰਦੇ ਆ ਅਤੇ ਬੱਚਿਆਂ ਨੂੰ ਸੇਧ ਦੇ ਕੇ ਅਤੇ ਮਾਨ ਭਲਾਈ ਦੇ ਕੰਮ, ਮਾਨ ਭਲਾਈ ਦੇ ਕੰਮ ਕਰਦੇ ਨੇ ਅਤੇ 133 ਮਾਨਵਤਾ ਭਲਾਈ ਦੇ ਕੰਮ ਕਰ ਰਹੇ ਨੇ, ਅੱਜ ਵੀ ਕਰ ਰਹੇ ਨੇ। ਐਡੇ ਐਡੇ ਕੰਮ ਬਾਹਰ ਅੰਦਰ ਹੋ ਜਾਂਦੇ ਨੇ, ਦੇਖੋ ਗ੍ਰੀਨ ਫੋਰਸ ਜਾਂਦੀ ਹੈ ਉਹਨਾਂ ਦੀ ਮਦਦ ਲਈ, ਕੋਈ ਕਿਸੇ ਨੇ ਮੀਡੀਆ ਨੇ ਕਦੇ ਦਿਖਾਇਆ ਨਹੀਂ ਗਾ। ਉਹ ਪਾਸਿਆਂ 'ਚੋਂ ਫੋਟੋਆਂ ਲੈ ਲੈਂਦੇ ਆ ਪਰ ਸੱਚੇ ਸ਼ਬਦੇ ਦਾ ਕੋਈ ਦਿਖਾ ਨਹੀਂ ਰਿਹਾ ਕੁਛ। ਤੁਸੀਂ ਮਾਨਵਤਾ ਭਲਾਈ ਦੇ ਜੋ ਕੰਮ ਕਹਿ ਰਹੇ ਹੋ, ਤੁਸੀਂ ਕਰਦੇ ਹੋ? ਅਸੀਂ ਵੀ ਕਰਦੇ ਹਾਂ ਜੀ, ਜਿੰਨਾ ਮਾਨਵ ਭਲਾਈ ਦਾ ਕੰਮ ਹੋ ਸਕਦਾ ਸੀ ਤਾਂ ਪੂਰਾ ਕਰਦੇ ਹਾਂ ਅਸੀਂ ਅਤੇ ਪਰਮਾਰਥ ਵੀ ਕਰਦੇ ਹਾਂ। ਕੋਈ ਇਹੋ ਜਿਹੀ ਗੱਲ ਨਹੀਂ ਵੀ ਨਾ ਹੋਵੇ, ਸੇਵਾ ਕਰਦੇ ਹਾਂ। ਜਦੋਂ ਬੂਟੇ ਲੱਗਦੇ ਨਾਲ ਜਾਂਦੇ ਹਾਂ, ਜਦੋਂ ਕੋਈ ਬਲੱਡ ਦਾਨ ਹੁੰਦਾ ਉਦੋਂ ਵੀ ਬਲੱਡ ਦਾਨ ਕਰਕੇ ਆਉਂਦੇ ਹਾਂ। ਬਲੱਡ ਦਾਨ ਤੁਸੀਂ ਕਰਦੇ ਹੋ? ਹਾਂਜੀ, ਮੈਂ ਕਰਿਆ, 3 ਵਾਰੀ ਕਰਿਆ। ਮੈਂ ਡਰ ਨਹੀਂ ਲੱਗਦਾ ਤੁਹਾਨੂੰ ਖੂਨ? ਕੋਈ ਡਰ ਨਹੀਂ ਲੱਗਿਆ ਮੇਰਾ, ਹੁਣ 55 ਸਾਲ ਦੀ ਉਮਰ ਹੀ, ਹੁਣ ਮੈਨੂੰ ਬਲੱਡ ਕਹਿੰਦੇ ਵੀ ਤੂੰ ਨਾ ਦਇਆ ਕਰ ਵੀ ਉਮਰ ਵੱਡੀ ਹੋ ਗਈ। ਮੈਂ ਤਾਂ ਕਿਹਾ ਸੀ ਮੇਰਾ ਲੈ ਲਓ ਬਲੱਡ, ਅਤੇ ਇਹੋ ਜਿਹੀ ਕੋਈ ਗੱਲ ਨਹੀਂ। ਸਰ ਜਿੱਦਾਂ ਕਿ ਸਮਾਜ ਵਿੱਚ ਬਹੁਤ ਸਾਰੀਆਂ ਬੁਰਾਈਆਂ ਵੱਧ ਰਹੀਆਂ, ਨਸ਼ਾ ਬਹੁਤ ਵੱਡਾ ਕਾਰਨ ਹੈ ਸਮਾਜ ਨੂੰ ਬਰਬਾਦੀ ਦਾ ਇੱਕ, ਤੁਸੀਂ ਕੀ ਕਹਿਣਾ ਚਾਹੋਗੇ ਕਿ ਬਾਬਾ ਰਾਮ ਰਹੀਮ ਸਿੰਘ ਜੀ ਨੇ ਇਹਨਾਂ ਦੀ ਰੋਕਥਾਮ ਲਈ ਕਦੇ ਕੁਛ ਉਪਰਾਲੇ ਕੀਤੇ ਹੈ? ਹਾਂਜੀ, ਪੂਰਾ ਰੋਕ ਲਾਈ ਹੈ ਨਸ਼ੇ ਦੇ ਵਿਰੁੱਧ। ਨਸ਼ੇ ਜਵਾਕ ਦੇਖੋ ਵਿਹਲੇ ਫਿਰਦੇ ਨੇ, ਇਹੀ ਚੀਜ਼ਾਂ ਸੋਚਦੇ ਨੇ ਰੋਜ਼ ਦੀ ਰੋਜ਼, ਰੋਜ਼ ਦੀ ਰੋਜ਼ ਵਿਹਲੇ ਫਿਰਦੇ ਇਹੀ ਚੀਜ਼ਾਂ ਸੋਚਦੇ ਵੀ ਨਸ਼ਾ ਕਿੱਥੋਂ ਮਿਲ ਜਾਵੇ, ਕਿੱਥੋਂ ਨਾ ਮਿਲੇ। ਜੇ ਨਸ਼ੇ 'ਤੇ ਰੋਕ ਲੱਗੂ ਤਾਂ ਹੀ ਆਪਣੇ ਬੱਚੇ ਕੰਮ ਕਰਨ ਲੱਗਣਗੇ ਕੋਈ ਨਾ ਕੋਈ। ਇਹ ਨਾ ਰੋਜ਼ ਸਤਸੰਗ ਦੇ ਵਿੱਚ ਬੋਲਦੇ ਆ ਜੀ, ਉਹ ਕਹਿੰਦੇ ਆ ਵੀ ਨਸ਼ੇ ਨੂੰ ਰੋਕੋ ਜਿੰਨਾ ਵੀ ਰੋਕਿਆ ਜਾ ਸਕਦਾ ਹੈ, ਕਿਉਂ ਬੱਚੇ ਆਪਣੇ ਦਲਦਲ 'ਚ ਖੁੱਭੀ ਜਾ ਰਹੇ ਨੇ, ਕਿੰਨੇ ਜਵਾਕ ਮਰੀ ਜਾ ਰਹੇ ਨੇ ਨਸ਼ੇ ਦੇ ਕਾਰਨ। ਇਸ ਕਰਕੇ ਉਹਨੂੰ ਚੰਗੀ ਸੇਧ ਦਿਓ, ਜਿਹੜੀ ਖਿਡਾਰੀਆਂ ਨੂੰ ਹੁੰਦੀ ਹੈ ਜਿਵੇਂ ਖੇਡਣਾ, ਉਹਦੇ ਵਿੱਚ ਸੇਧ ਦਿਓ ਪੂਰੀ ਤੋਂ ਪੂਰੀ। ਖੇਡਣ ਦਾ ਤੁਸੀਂ ਇੱਥੇ ਇੱਕ ਨਾਮ ਲਿਆ ਕਿ ਬਾਬਾ ਜੀ ਨੇ ਕੋਈ ਆਪਦਾ, ਮਤਲਬ ਕੋਈ ਇੱਦਾਂ ਦਾ ਲੈ ਕੇ ਆਏ ਸੀ ਕੋਈ ਚੀਜ਼ ਜਾਂ ਕੋਈ ਸੰਸਥਾ ਦੇ ਵਿੱਚ ਕੁਛ ਸ਼ੁਰੂ ਕੀਤਾ ਹੋਵੇ ਖੇਡਾਂ ਦੇ ਲਈ? ਖੇਡਾਂ ਦੇ ਵਿੱਚ ਬਹੁਤ ਸ਼ੁਰੂ ਕਰੀਆਂ ਜੀ, ਇੱਥੇ ਸਟੇਡੀਅਮ ਦੇ ਵਿੱਚ ਗੇਮਾਂ ਚੱਲੀਆਂ 2-3 ਗੇਮਾਂ ਚੱਲੀਆਂ। ਮੰਤਰੀ ਜੀ ਵੀ ਆਏ ਸੀ ਉੱਥੇ, ਅਸੀਂ ਟੀ ਵੀ 'ਤੇ ਦੇਖਦੇ ਰਹੇ ਹਾਂ, ਖੇਡਾਂ ਦੇਖਦੇ ਰਹੇ ਹਾਂ ਅਤੇ ਉਹ ਅੰਡਰਗਰਾਊਂਡ ਖੇਡਾਂ ਚੱਲਦੀਆਂ ਕਿ ਬਾਬਾ ਜੀ ਕਰਵਾਉਂਦੇ ਸੀ, ਬਾਬਾ ਜੀ ਕਰਵਾ ਰਹੇ ਸੀ ਖੇਡਾਂ ਉਹ। ਤੁਹਾਨੂੰ ਬਾਬਾ ਰਾਮ ਰਹੀਮ ਸਿੰਘ ਜੀ 'ਤੇ ਅੱਜ ਵਿਸ਼ਵਾਸ ਹੈ ਸਾਨੂੰ ਪਤਾ ਲੱਗ ਰਿਹਾ, ਬਟ ਆਉਣ ਵਾਲੇ ਟਾਈਮ ਵਿੱਚ ਇਹ ਵੀ ਵਿਸ਼ਵਾਸ ਹੈ ਜੋ ਤੁਹਾਡਾ ਇੱਦਾਂ ਹੀ ਰਹੇਗਾ? ਇੱਦਾਂ ਹੀ ਰਹੂਗਾ ਜੀ, ਵਿਸ਼ਵਾਸ ਇੱਦਾਂ ਹੀ ਰਹੂਗਾ। ਇੱਕ ਗੁਰੂ ਮਿਲਿਆ ਗਿਆ, ਉਸਦੇ ਗੁਰੂ ਦੇ ਮਗਰ ਲੱਗੇ ਹੋਏ ਹਾਂ, ਵਾਰ ਵਾਰ ਤੱਕ ਇਹਦੇ ਮਗਰ।